ਬੱਚਿਆਂ ਨੂੰ ਧਿਆਨ ਨਾਲ ਜਾਇਆ ਕਰਦੇ ਪੁੱਤਾ ਠੀਕ ਹੈ ਬਾਪੂ ਨਾਲੇ ਪੁੱਤ ਤੁਹਾਨੂੰ ਪੜਾ ਲਿਖਾ ਕੇ ਵੱਡਾ ਅਫਸਰ ਬਣਾਉਣਾ ਹੈ यार राणू आप एमरजन कि टाइम हो गया कभी इतने कॉफी पी ली कि मूवी देख ली मैं थोनों उत्थे मिलना चाहना उत्थे जिते सिर्फ तुम मैं होव जी जगह यार यार हैगी है तुसी कल मेरे नाल चलो मैं आप ही ले जाऊँ थोड़ा यार कल तो संडे कल किवें आ सकती हूँ मैं यार ला दो बहाना कोई मैं सहेली के घर जाना है मैं कुछ भी चल ठीक है मैं ट्राई करूंगी पर मैं ये तो दस दे जाना कितने यार बस तू मेरे नाल बैठ जी कितने तक लेके जाऊँगा चल चंगा हूँ घर जाने का टाइम हो रहा है चलिए अब चलो वेट करूँ कल मैं राणा पुत्र पानी का गिलास लिया गर्मी बहुत होगी लिया पुत पानी बहुत टाइम लाता गर्मी बहुत हो रही है लिया पुत लिया बापू मैं एक गल करनी सी बोल पुता बापू मैं इत्थे को जाके आना सी अज पुत कित्थे जाना तां दोबारा है ओहो तुहानू पता ही है मेरे पेपर आउण वाले ने रमन दे घरे बहि के तैयारी करनी सी ओ तां ठीक है तेरी गल पुता चल मैं तैनूं छड्डे आउणा ना ना बापू मैं आपे चल जाऊंगी जे मैं तुहानू शाम नूं फोन करांगी जे मैं लेट होगी ना फिर तुसीं आ जाइओ चल पुत ठीक है मैं तैनूं ले आऊंगा चंगा मैं हुण चलदा हां ध्यान नाल जाई पुता ठीक है पुता बलजीते बना चाह तो पी मैं दस के उस ठीक है कुड़ी आई
ਰੌਲਾ ਰੌਲਾ ਨਾ ਪਾਈ ਠੀਕ ਹੈ ਚੁੱਪ ਚਪੀਤਾ ਰਹੀ ਮੈਂ ਤੇਰੇ ਕਹਿ ਚੁੱਪ ਰਹੂੰਦੀ ਤਾਂ ਮਾਰ ਦਿੰਦਾ ਮੈਂ ਤੂੰ ਕੁੜੀ ਹਾਂ ਕੋਈ ਨਾ ਮੈਂ ਕੱਲ ਨੂੰ ਬੁਲਾਉਂ ਠੀਕ ਹੈ ਚੱਲ ਹਾਂ ਬੁਲਾ ਲੈ ਕੱਲ ਨੂੰ ਮੈਂ ਠੀਕ ਹੈ ਚੁੱਪ ਚਪੀਤਾ ਰਹੀ ਕਿਤੇ ਰੌਲਾ ਪਾ ਦੇ ਬੜੀ ਮਾੜੀ ਕਰੀ ਯਾਰ ਹਾਂ आराम कर ले पुत्त फिर तू करी मैंने रोटी बना दी पुत्त फिर ना पुत तू आराम कर थकी हो पहला फिर बना दी पुत हाँ नौ बज गए भी आते होने करिए तैयारी तुरी पुत कॉलेज नहीं जाना अज तेन देखने वाले आने तेरा रिश्ता पक्का करता मैं बापू हजे मैं नहीं करा पाया हजे तो मैं पढ़ना है पुत उन्हें पढ़ाई की गल कर ली वधिया परिवार मिल गया पर तू नाल पढ़ी जाई उत्थे नाले ना ना बापू हजे नहीं मैं करा है ਹੋਰ ਕਦੋਂ ਕਰਾਈ ਹੁਣ ਬੁੱਢੀ ਹੋ ਕੇ ਕਰਾਈ 24-25 ਸਾਲਾਂ ਤੇਰੀ ਉਮਰ ਹੋ ਗਈ ਪੁੱਤਾਂ ਲੈ ਫੇਰ ਕੀ ਹੁੰਦਾ ਬਾਪੂ ਪੜ੍ਹਾਈ ਮੇਰੀ ਅੱਧੀ ਪਈ ਹੈ ਨਾ ਨਾ ਬਹੁਤ ਹੋ ਗਈ ਤੇਰੀ ਪੜ੍ਹਾਈ ਚੱਲ ਅੰਦਰ ਆਉਣ ਵਾਲੇ ਹੋਣੇ ਉਹ ਬਾਪੂ ਆਈ ਕਿਵੇਂ ਮੈਂ ਨਾ ਜਵਾਨ ਕਰ ਬੈਠਾ ਮੇਰੀ ਜਿੱਦਾਂ ਸਵਾਲ ਹੈ ਹੁਣ ਚੱਲ ਅੰਦਰ ਤੂੰ ਕਹਿਤਾ ਉਹਨਾਂ ਨੂੰ ਮੈਂ ਉਹ ਆ ਗਏ ਮੈਨੂੰ ਲੱਗਦਾ ਤਾਂ ਜੀਤ ਵੱਲ ਉਹਦੀ बैठो मर गल कर क्यों बी काका पसंद है कुड़ी पसंद है तेन भाई जीता सिंह मैं पसंद है ठीक है भाई मुंडा वधिया मुंडा मुंडा सोहना वधिया फिर ऐ करदे आपां सगन सुगन दा रहण दे आपां ठीक है कानू खर्चा करना आपां ब्याह दा कढ़ा लैणे हफ्ते तक मूर्त कोई आपां नमेड़े देवांगे ब्याह दा ठीक है हुण हां ठीक हां मैं पसंद ठीक है असीं चलदे आं हुण ठीक है ठीक है हां वैसे असीं कढ़ा लैणे मूर्त कोई तू कर तैयारी हां ठीक है कढ़ा लो मैनूं फोन कर दियो हां ठीक है चल ठीक है भाई ठीक आ जा भाई मुंडा ਬਾਪੂ ਇਹ ਕਿਹੋ ਜਿਹਾ ਮੁੰਡਾ ਲੱਭਿਆ ਮੈਨੂੰ ਜਮਾ ਪਸੰਦ ਨਹੀਂ 10 ਕਿੱਲੇ ਬਾਣੇ ਉਹ ਤੇ ਮੁੰਡੇ ਕੋਲੇ ਛੜਕਾਂ ਦਾ ਠੇਕੇਦਾਰ ਹੈ ਮੁੰਡਾ ਵਧੀਆ ਕੰਮ ਕਰ ਰਿਹਾ ਹੋਰ ਕੀ ਭਾਲਦੀ ਹੈ ਤੂੰ ਫਿਰ ਸਾਡੇ ਕੋਲ ਕਿਹੜੇ ਪੈਸੇ ਦੀ ਘਾਟ ਉਹ ਵਧੀਆ ਪਰਿਵਾਰ ਹੈ ਹੋਰ ਕੀ ਭਾਲਦੀ ਹੈ ਜਾ ਕੰਮ ਕਰ ਜਾ ਕੇ ਮੈਂ ਵਿਆਹ ਦੀ ਤਿਆਰੀ ਕਰਦਾ ਜਾ ਕੇ ਹਮੇਸ਼ਾ ਪੈਸਿਆਂ ਨੂੰ ਦੇਖੀ ਜਾ ਪਸੰਦ ਵੀ ਜੋ ਕੋਈ ਨਾਮ ਦੀ ਚੀਜ਼ ਹੁੰਦੀ ਆ ਆਹੋ ਆਹੋ ਪਤਾ ਮੈਨੂੰ ਕਿਹੜੀ ਪਸੰਦ ਹੈ ਤੇਰੀ ਆ ਕੀ ਕਰਤਾ ਬਾਪੂ ਨੇ ਬਿਨਾ ਪੁੱਛੇ ਵਿਆਹ ਤੈਅ ਕਰਤਾ ਦੱਸ ਮੈਂ ਤਾਂ ਇੱਕ ਵਾਰ ਤਾਂ ਪੁੱਛ ਲੈਂਦੇ ਇੰਨੇ ਸੁਪਨੇ ਸੀ ਮੇਰੇ ਸਾਰੇ ਤੋੜ ਕੇ ਰੱਖਦੇ ਹੁਣ ਦੱਸ ਮੈਂ ਕੀ ਕਰਾਂ ਮੈਂ ਨਹੀਂ ਅਣਜਾਣ ਬੰਦੇ ਨਾਲ ਵਿਆਹ ਕਰਾ ਸਕਦੀ ਇੰਝ ਕਰਦੇ ਕਪਤਾਨ ਨੂੰ ਫੋਨ ਲਾਉਂਦੀ ਹਾਂ ਹੈਲੋ ਹਜੇ ਤੱਕ ਆਇਆ ਨਹੀਂ ਮੈਂ ਕਿਹਾ ਸੀ ਟਾਈਮ ਨਾਲ ਆ ਜਾਈ ਕਿਤੇ ਬਾਪੂ ਨੇ ਦੇਖ ਲਿਆ ਨਾ ਪੰਗਾ ਛਿੜ ਜੂ ਕੀ ਚੱਕਰ ਹੋ ਗਿਆ ਅੱਜ ਕਿਵੇਂ ਦੁਪਹਿਰੇ ਬੁਲਾ ਲਿਆ ਤੈਨੂੰ ਚੱਕਰ ਦਾ ਪਤਾ ਹੀ ਨਹੀਂ ਹੈਗਾ ਮੈਨੂੰ ਐਂ ਲੱਗਦਾ ਬਾਪੂ ਨੂੰ ਆਪਣੇ ਬਾਰੇ ਪਤਾ ਲੱਗ ਗਿਆ ਉਹਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਨਹੀਂ ਪਤਾ ਹੈਗਾ ਮੇਰਾ ਵਿਆਹ ਕਿਤੇ ਹੋਰ ਤੈਅ ਕਰਤਾ ਵਿਆਹ ਤੈਅ ਕਰਤਾ ਹੋਰ ਫਿਰ ਤੂੰ ਬੋਲਿਆ ਨਹੀਂ ਕੁਛ ਉਹਨਾਂ ਨੂੰ ਮੈਂ ਕਿੰਨੀ ਵਾਰ ਤਾਂ ਸਮਝਾਇਆ ਬਾਪੂ ਨੇ ਮੇਰੇ ਕਹਿਣਾ ਜਮਾ ਹੀ ਨਹੀਂ ਮੰਨਿਆ ਹੈਗਾ ਮੈਂ ਨਹੀਂ ਕਿਸੇ ਨਾਲ ਵਿਆਹ ਕਰਾ ਸਕਦੀ ਹੈਗੀ ਮੈਂ ਤਾਂ ਤੇਰੇ ਨਾਲ ਹੀ ਵਿਆਹ ਕਰਾਉਂ ਯਾਰ ਹੁਣ ਆਪਾਂ ਕਰ ਵੀ ਕੀ ਸਕਦੇ ਆ ਫਿਰ ਕਰਨਾ ਕੀ ਹੈ ਮੈਨੂੰ ਲੈ ਜਾ ਇੱਥੋਂ ਮੈਂ ਨਹੀਂ ਰਹਿ ਸਕਦੀ ਯਾਰ ਲੈ ਕੇ ਵੀ ਕਿੱਥੇ ਜਾਵਾਂ ਘਰੇ ਖਾਣ ਨੂੰ ਤਾਂ ਦਾਣੇ ਨਾ ਮੇਰੇ ਕੋਲ ਕੋਈ ਪੈਸਾ ਟਕਾ ਹਾਏ ਰੱਬਾ ਤੂੰ ਉਹਦੀ ਟੈਨਸ਼ਨ ਕਾਹਤੋਂ ਲੈਣਾ ਹੈ ਮੇਰੇ ਬਾਪੂ ਨੇ ਨਾ ਸੋਨਾ ਪੈਸਾ ਇਕੱਠਾ ਕਰਕੇ ਰੱਖੇ ਮੈਂ ਉਹ ਲੈ ਕੇ ਆ ਜੂੰ ਤੂੰ ਕੀ ਗੱਲ ਆ ਹੋਰ ਤੂੰ ਟੈਨਸ਼ਨ ਨਾ ਲੈ ਚੱਲ ਫਿਰ ਸਵੇਰੇ ਰੈਡੀ ਰਹੀ ਚੱਲ ਚੰਗਾ ਠੀਕ ਹੈ ਹੁਣ ਤੂੰ ਜਾ ਇੱਥੋਂ ਠੀਕ ਹੈ ਫੋਨ ਕਰਦੀ ਮੈਨੂੰ ਕੋਈ ਨਾ बापू तू हाँ मैं सत श्री अकाल दोस्तों हुणे हुणे तुसी साडी वीडियो देख के हटे हो ते वीडियो देख के जरूर दस्यो कि वीडियो किवें दी लगी वीडियो नू लाइक जरूर कर दिओ शेयर कर दिओ ते कमेंट करके जरूर दस्या करो
जो साढ़े तो वीडियो बनाने कोई मिसटेक होंगी या गलती होंगी वह भी जरूर दस्या करो ता जो असं अपनी गलतियाँ सुधार के तहे होर वी वीडियो लैके आ सकी। तो साडा चैनल प्रीत रैकेट्स में सबसक्राइब करना ना भुल्यो तो बैल आइकन जरूर प्रेस कर दौ ता जो साड़ी आने वाली वीडियो की नोटिफिकेशन थोड़े तक सब तो पहले पहुँच सके। थैंक यू।